ਬਾਬਾ ਦੁੱਲਾ ਸਿੰਘ ਜਲਾਲ ਦਿਆਲ ਇਸ ਇਲਾਕੇ ਦੀ ਬਹੁਤ ਮਹਾਨ ਸ਼ਖਸੀਅਤ ਸਨ। ਗਦਰ ਜਦੋਂ ਕਾਮਯਾਬ ਨਾ ਹੋਇਆ ਤਾਂ ਗਦਰੀ ਬਾਬੇ ਲਗਭਗ ਸਾਰੇ ਹੀ ਕਮਿਊਨਿਸਟ ਪਾਰਟੀ 'ਚ ਆ ਗਏ ਸੀ। ਕਮਿਊਨਿਸਟ ਪਾਰਟੀ ਉਦੋਂ ਇੱਕੋ ਹੀ ਹੁੰਦੀ ਸੀ। ਮੈਂ 20-20 ਬੰਡਲ ਕਿਤਾਬਾਂ ਦੇ ਚੰਡੀਗੜ੍ਹੋਂ ਲੈ ਕੇ ਆ, ਬੱਸ 'ਤੇ ਰੱਖ ਲੈਣੇ, ਵਿੱਚ ਰੱਖ ਲੈਣੇ। ਉਹ ਜਦੋਂ ਲਾਉਣ ਲੱਗਦੇ ਉਦੋਂ ਕੰਡਕਟਰ ਲੱਗਦਾ ਵੀ ਇਹ ਤੂੰ ਕਿਹੜੇ ਵੇਲੇ ਰੱਖ ਲਈਆਂ। ਮੈਂ ਜੇ ਮੈਂ ਤੈਨੂੰ ਦੱਸ ਦਿੰਦਾ ਤੂੰ ਰੱਖਣੀ ਨਹੀਂ ਸੀ ਦੇਣੀਆਂ। ਜਿਵੇਂ ਦਾਨ ਬਹਿੰਦਾ ਲਿਖਿਆ 4 ਸੈਂਚੀਆਂ 'ਚ ਨਾਵਲ ਹੈ, ਉਹ ਹੁਣ 1400 ਰੁਪਈਏ ਦਾ, ਉਹ ਮੈਂ 11 ਰੁਪਈਆਂ ਦਾ ਵੇਚਿਆ ਸਾਰੇ, ਸਿਰਫ 11 ਰੁਪਈਆਂ ਦਾ, ਜਿਹੜਾ ਅੱਜ 1400 ਦਾ। ਇੱਕ ਗੱਲ ਸਾਡੀ ਹੋਰ ਵਿਸ਼ੇਸ਼ ਵੀ ਅਸੀਂ ਮਾੜਾ ਸਾਹਿਤ ਦੁਕਾਨ 'ਤੇ ਨਹੀਂ ਆਉਣ ਦਿੱਤਾ। ਇੱਕ ਸਿੰਗਲ ਕਿਤਾਬ ਵੀ ਜਿਹੜੀ ਕਿਸੇ ਨੂੰ ਗਲਤ ਸੇਧ ਦੇਵੇ, ਗਲਤ ਸਿੱਖਿਆ ਦੇਵੇ, ਉਹ ਅਸੀਂ ਦੁਕਾਨ 'ਤੇ ਨਹੀਂ ਲਿਆਉਂਦੇ। ਜਿਹੜੇ ਲੋਕ ਸਮਝ ਨਹੀਂ ਰੱਖਦੇ ਸਿਰਫ ਉਹ ਵਿਰੋਧ ਕਰਦੇ। ਕਮਿਊਨਿਸਟ ਤਾਂ ਖੁੱਲ੍ਹਦਿਲੀ ਨਾਲ ਕਹਿੰਦੇ ਆ ਜਿਹੜੇ ਧਰਮ ਨੂੰ ਮਰਜ਼ੀ ਮੰਨੋ, ਸਗੋਂ ਆਪਦੇ ਆਪੋ ਆਪਦੇ ਧਰਮ 'ਚ ਪੱਕੇ ਹੋਵੋ। ਇਹ ਘਟਨਾ 71-72 ਦੀ ਹੈ। ਉਹਨੇ ਉਹ ਜਦੋਂ ਇਹ ਘਟਨਾ ਵਾਪਰਨ ਤੋਂ ਬਾਅਦ ਦੱਦਾ ਹੋਰ ਆਇਆ ਦੌਰਾ ਕਰਨ, ਉਹ ਪੁੱਛਦੇ ਗੱਲ ਪੈ ਗਿਆ ਵੀ ਹੁਣ ਤੱਕ ਤੁਸੀਂ ਸਾਰੇ ਪਿੰਡ ਦੇ ਡੰਗਰ ਕਿਉਂ ਨਹੀਂ ਖੋਲ੍ਹੇ, ਸਾਰੇ ਪਿੰਡ ਦੀਆਂ ਫਸਲਾਂ ਕਿਉਂ ਨਹੀਂ ਉਜਾੜੀਆਂ, ਇਹਨਾਂ ਨੂੰ ਸਬਕ ਸਿਖਾਓ ਸਮਾਜ ਕੇ। ਮੈਂ ਤਾਂ ਕਿਤਾਬਾਂ ਵਾਲਾ ਸੌਦਾ ਕਿਤਾਬਾਂ 'ਚ ਹੀ ਪਾਈ ਜਾਂਦੀ। ਮੈਂ ਸ਼ੁਰੂ 1 ਅਲਮਾਰੀ ਤੋਂ ਕਰਿਆ ਸੀ, ਅੱਜ ਮੇਰਾ ਖਿਆਲ ਹੈ 20 ਅਲਮਾਰੀਆਂ ਹੈਗੀਆਂ ਘੱਟੋ ਘੱਟ। ਹੁਣ ਵੀ ਮੇਰੇ ਕੋਲ 25 ਤਾਂ ਬੋਰੀਆਂ ਭਰੀਆਂ ਪਈਆਂ। ਅਸੀਂ ਤਾਂ ਸਮਾਰ ਕੇ ਸਜਾ ਕੇ ਕਿਤਾਬਾਂ ਲਾਈਆਂ। ਚਲੋ ਕੁੜੀਆਂ ਨੂੰ ਉਹਨਾਂ ਨੇ ਕਲਾਸਾਂ 'ਚੋਂ ਛੱਡਿਆ ਵੀ ਕਿਤਾਬਾਂ ਦੇਖ ਲਓ, ਉਹ ਮਖਿਆਲ ਦੀਆਂ ਮੱਖੀਆਂ ਵਾਂਗੂ ਮੇਜ਼ਾਂ 'ਤੇ ਕਿਤਾਬਾਂ ਨੂੰ ਪੈ ਗਈ, ਸਾਰੀਆਂ ਕਿਤਾਬਾਂ ਹਲਾ ਜੇ ਵੋ ਇੱਧਰ ਉੱਧਰ। ਪਰ ਜਦੋਂ ਅਸੀਂ ਗਿਣੀ ਇੱਕ ਸਿੰਗਲ ਕਿਤਾਬ ਵੀ ਚੋਰੀ ਨਹੀਂ ਹੋਈ। ਮੇਰਾ ਨਾਮ ਪ੍ਰੀਤਮ ਸਿੰਘ ਦਰਦੀ ਹੈ ਜੀ, ਪਿੰਡ ਮਹਿਲ ਕਲਾਂ, ਅਸੀਂ ਮਹਿਲ ਕਲਾਂ ਦੇ ਜੱਦੀ ਵਸਿੰਦੇ ਹਾਂ। ਅਤੇ 1960 ਤੋਂ ਬੱਸ ਅੱਡੇ 'ਚ ਦੁਕਾਨ ਹੈ ਮਹਿਲ ਕਲਾਂ, ਅਤੇ ਹੁਣ ਤਾਂ ਰਿਹਾਇਸ਼ ਵੀ ਪਿਛਲੇ ਪਾਸੇ ਹੀ ਹੈ, ਇੱਥੇ ਦੇ ਹੀ ਪੱਕੇ ਵਸਿੰਦੇ ਹਾਂ। ਅਸਲ ਸਾਡੇ ਬਜ਼ੁਰਗ 44-45 ਤੋਂ ਕਮਿਊਨਿਸਟ ਲਹਿਰ ਨਾਲ ਜੁੜੇ ਹੋਏ। ਹਾਂਜੀ, ਮੇਰੇ ਪਿਤਾ ਜੀ ਕਮਲੇਸ਼ ਮੱਲ ਸਿੰਘ, ਉਹਨਾਂ ਦਾ ਸਾਹਿਤਕ ਰੁਚੀਆਂ ਵੀ ਸੀ ਬਹੁਤ, ਪ੍ਰੀਤ ਲੜੀ ਦੇ, ਨਵਾਂ ਜ਼ਮਾਨਾ ਦੇ, ਜਦੋਂ ਦਾ ਨਵਾਂ ਜ਼ਮਾਨਾ ਪੰਜਾਬੀ 'ਚ ਹੋਇਆ ਉਦੋਂ ਤੋਂ, ਉਸ ਤੋਂ ਪਹਿਲਾਂ ਪ੍ਰੀਤ ਲੜੀ ਦੇ ਲਗਾਤਾਰ ਪਾਠਕ ਸੀ। ਇਸ ਤਰ੍ਹਾਂ ਇਸ ਇਲਾਕੇ ਵਿੱਚ ਜਿਹੜੀਆਂ ਉਸ ਸਮੇਂ ਦੀਆਂ ਲਹਿਰਾਂ ਸੀ, ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਦੀ ਲਹਿਰ, ਗਦਰ ਲਹਿਰ 'ਚੋਂ ਇਸ ਏਰੀਏ ਦੇ ਬਾਬਾ ਦੁੱਲਾ ਸਿੰਘ ਜਲਾਲ ਦੀ ਵਾਲ, ਰਹਿਮਤ ਅਲੀ ਵਜ਼ੀਰ ਕੇ, ਅਤੇ ਹੋਰ ਕਮਿਊਨਿਸਟ ਲਹਿਰ ਦੇ ਆਗੂ ਹਰਨਾਮ ਸਿੰਘ ਚਮਕ, ਜਥੇਦਾਰ ਹਰਜਿਤ ਸਿੰਘ ਪੱਟੜ, ਜਗੀਰ ਸਿੰਘ ਜੋਗਾ ਅਤੇ ਜਦੋਂ ਸੁਤੰਤਰ, ਅਸੰਤੋਖ ਸਿੰਘ ਸਹੌਲ, ਇਹਨਾਂ ਦਾ ਇਸ ਇਲਾਕੇ ਵਿੱਚ ਬਹੁਤ ਅਹਿਮ ਰੋਲ ਸੀ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਵਿੱਚ। ਉਹ ਮਤਲਬ ਇਸ ਤਰ੍ਹਾਂ ਦੀ ਇਹ ਲੋਕ ਪੱਖੀ ਜ਼ਮੀਨ ਹੈ ਸ਼ੁਰੂ ਤੋਂ ਹੀ, ਲੋਕ ਲਹਿਰਾਂ ਇੱਥੇ ਤਾਂ ਹੀ ਪਨਪਦੀਆਂ। ਲੋਕ ਪੱਖੀ ਸਾਹਿਤ ਰਚਣ ਵਾਲੇ ਲੇਖਕ ਵੀ ਪ੍ਰਣਾਲੇ ਨੂੰ ਸਾਹਿਤਕਾਰਾਂ ਦੀ ਰਾਜਧਾਨੀ ਦੇ ਤੌਰ 'ਤੇ ਜਾਣਿਆ ਜਾਂਦਾ, ਉਹਨਾਂ 'ਤੇ ਵੀ ਇਹਨਾਂ ਲਹਿਰਾਂ ਦਾ ਔਰ ਇਹਨਾਂ ਦੇਸ਼ ਭਗਤਾਂ ਦਾ ਜਿਹੜਾ ਬਹੁਤ ਵੱਡਾ ਪ੍ਰਭਾਵ ਸੀ, ਤਾਂ ਹੀ ਇਸ ਬਰਨਾਲੇ ਨੂੰ ਇਸ ਕਿਸਮ ਦੀ ਜਿਹੜੀਆਂ ਲਹਿਰਾਂ ਨੇ ਉਹਨਾਂ ਵਿੱਚ ਭਰਮੀ ਸ਼ਮੂਲੀਅਤ ਕਰਨ ਦਾ ਮਾਣ ਹਾਸਲ ਹੈ। ਬਾਬਾ ਦੁੱਲਾ ਸਿੰਘ ਜਲਾਲ ਦਿਆਲ ਇਸ ਇਲਾਕੇ ਦੀ ਬਹੁਤ ਮਹਾਨ ਸ਼ਖਸੀਅਤ ਸਨ। ਉਹ ਕਮਿਊਨਿਸਟ ਲਹਿਰ, ਕਿਉਂਕਿ ਗਦਰ ਜਦੋਂ ਕਾਮਯਾਬ ਨਾ ਹੋਇਆ ਤਾਂ ਗਦਰੀ ਬਾਬੇ ਲਗਭਗ ਸਾਰੇ ਹੀ ਕਮਿਊਨਿਸਟ ਪਾਰਟੀ 'ਚ ਆ ਗਏ ਸੀ। ਕਮਿਊਨਿਸਟ ਪਾਰਟੀ ਉਦੋਂ ਇੱਕੋ ਹੀ ਹੁੰਦੀ ਸੀ। ਉਹ
ਉਹਨਾਂ 'ਚੋਂ ਇਸ ਏਰੀਏ 'ਚ ਗਦਰੀ ਬਾਬਾ ਦੁੱਲਾ ਸਿੰਘ ਜਲਾਲ ਦੀ ਆਲ, ਉਹ ਆਮ ਲੋਕਾਂ 'ਚ ਸਾਈਕਲ 'ਤੇ ਹੀ ਵਿਚਰਦੇ। ਉਹ 85 ਸਾਲ ਦੀ ਉਮਰ ਤੱਕ ਸਾਰੇ ਜ਼ਿਲ੍ਹੇ ਦੇ ਸਹਿਤੀ ਰਹੇ ਆ, ਪੁਰਾਣੇ ਸੰਗਰੂਰ ਵੱਡੇ ਜ਼ਿਲ੍ਹੇ ਦੇ, ਜਿਹੜਾ ਖਨੌੜੀ ਮੰਡੀ ਤੱਕ ਹੈ ਜ਼ਿਲ੍ਹਾ ਸੰਗਰੂਰ। ਸਾਈਕਲ 'ਤੇ ਉਹਨਾਂ ਨੇ ਸਾਰਾ ਸਫ਼ਰ ਕੀਤਾ ਕਮਿਊਨਿਸਟ ਲਹਿਰ ਨੂੰ ਜਥੇਬੰਦ ਕਰਨ 'ਚ। ਉਹਨਾਂ ਦਾ ਪ੍ਰਭਾਵ ਜਨਤਕ ਤੌਰ 'ਤੇ ਇਸ ਕਿਸਮ ਦਾ ਪ੍ਰਭਾਵ ਮੈਂ ਕਿਸੇ ਬੰਦੇ ਦਾ ਨਹੀਂ ਦੇਖਿਆ। ਕੋਈ ਤੁੰਮਾ ਪਾਈ ਕੁੜੀ ਬੁੜੀ ਜੇ ਬਾਬਾ ਜੀ ਨੂੰ ਆਉਂਦੇ ਦੇਖ ਲੈਂਦੀ ਨਾ ਬੀਹੀ 'ਚ, ਉਹ ਮੰਗਲ ਦੇ ਅੰਦਰ ਲੁਕ ਜਾਂਦੀ। ਉਹਨਾਂ ਨੇ ਕਹਿਣਾ ਭਾਈ ਡਾਕੂ ਲੁੱਟ ਕੇ ਲੈ ਜਾਣਗੇ, ਫਿਰ ਸਾਨੂੰ ਵਿਪਤਾ ਛੇੜੋਂਗੇ, ਇਹ ਕਾਹਨੂੰ ਪਾਇਆ। ਇਹ ਮਤਲਬ ਬੁੜੀਆਂ 'ਤੇ ਇਸ ਕਿਸਮ ਦਾ ਪ੍ਰਭਾਵ ਸੀ, ਚੁੰਮਾ ਪਾ ਕੇ ਬਾਬਾ ਜੀ ਦੇ ਸਾਹਮਣੇ ਨਹੀਂ ਸੀ ਆਉਂਦੀ। ਹਾਂ, ਅਤੇ ਹੋਰ ਉਹ ਮਤਲਬ ਜਬਰ ਜ਼ੁਲਮ ਦੇ ਖਿਲਾਫ਼ ਉਹ ਲੜਨ ਵਾਲੇ ਯੋਧੇ ਸੀ, ਲੋਕ ਉਹਨਾਂ ਦਾ ਬਹੁਤ ਇੱਜ਼ਤ ਸਤਿਕਾਰ ਕਰਦੇ ਸੀ, ਬਹੁਤ ਵੱਡੀ ਪੱਧਰ 'ਤੇ। ਇਹ ਅਸਲ ਸਾਹਿਤਕ ਰੁਚੀਆਂ ਘਰੇ ਹੋਣ ਕਰਕੇ, ਜਦੋਂ ਮੈਂ ਸੁਰਤ ਸੰਭਾਲੀ, ਮੈਂ ਬਾਪੂ ਜੀ ਨੂੰ ਕਿਤਾਬਾਂ 'ਚ ਹੀ ਦੇਖਦਾ ਸੀ ਕਿ ਜਦੋਂ ਮੈਂ ਮੈਟ੍ਰਿਕ ਕਰ ਲਈ 79 'ਚ, ਮੈਂ 10 ਹੀ ਪੜ੍ਹੇ, ਹਾਂਜੀ ਮੈਂ ਹਰ ਕਲਾ ਹੀ ਪੜ੍ਹੇ। ਮੈਂ ਉਹ ਮੈਂ ਕਿਹਾ ਇਹ ਇੰਨੀਆਂ ਕਿਤਾਬਾਂ ਦਾ ਇਹਨਾਂ ਦਾ ਕੀ ਕਰਾਂਗੇ। ਉਹ ਹੱਸ ਪਏ, ਮੈਨੂੰ ਕਹਿੰਦੇ ਦੇਖ ਲਾ ਕਿੰਨੀਆਂ ਕਿ ਨੇ, ਅਤੇ ਤੂੰ ਹੁਣ 10 ਪੜ੍ਹ ਲਈਆਂ ਕਿਤਾਬਾਂ ਦਾ ਹੀ ਕੰਮ ਕਰ ਲਾ, ਜਿੰਨੇ ਪੈਸੇ ਚਾਹੀਦੇ ਆ ਮੈਥੋਂ ਲੈ ਜਾ, ਪੰਜਾਬ ਬੁੱਕ ਸੈਂਟਰ ਉਦੋਂ ਮਸ਼ਹੂਰ ਹੁੰਦਾ। ਅਤੇ ਪੰਜਾਬ ਬੁੱਕ ਸੈਂਟਰ ਤੋਂ ਕਿਤਾਬਾਂ ਹੋਰ ਲਿਆ, ਕਿਤਾਬਾਂ ਦਾ ਹੀ ਕੰਮ ਕਰ ਲਾ। ਇਸ ਤਰ੍ਹਾਂ ਮੈਂ ਕਿਤਾਬਾਂ ਦੇ ਕੰਮ 'ਚ ਪਿਆ। ਔਰ ਮੈਂ ਸ਼ੁਰੂ 'ਚ ਕਮਾਲ ਦੀ ਗੱਲ ਇਹ ਹੈ ਵੀ ਨਿਰੋਲ ਮਾਲਕ ਸਵਾਲ ਇਕੱਲਾ ਲਿਆਂਦਾ, ਲਾਲ ਟਾਈਟਲ ਦੀਆਂ ਸਾਰੀਆਂ ਕਿਤਾਬਾਂ, ਉਹੀ ਉਹੀ ਅਸੀਂ ਮੇਲਿਆਂ 'ਤੇ ਲਿਜਾਂਦੇ ਹੁੰਦੇ। ਉਹ ਸਾਡਾ ਤਜਰਬਾ ਜੀ ਨਵਾਂ ਸੀ, ਇਕੱਲੇ ਮਾਲਕ ਸਵਾਲ ਨੂੰ ਮੇਲਿਆਂ 'ਤੇ ਕੌਣ ਪੁੱਛੇ। ਹੌਲੀ ਹੌਲੀ ਚਲੋ ਪਤਾ ਲੱਗਿਆ ਵੀ ਇਹ ਸਾਹਿਤਕ ਕਿਤਾਬਾਂ ਵੀ ਚਾਹੀਦੀਆਂ, ਫਿਰ ਅਸੀਂ ਵਧੀਆ ਜਿਹੜੀਆਂ ਉਹ ਸਾਧੂ ਸਾਹਿਤ ਸੀ ਸਾਹਿਤਕ ਕਿਤਾਬਾਂ ਉਹ ਵੀ ਨਾਲ ਰੱਖਣ ਲੱਗ ਗਏ, ਵਧੀਆ ਵਧੀਆ ਮਤਲਬ ਇਨਕਲਾਬੀ ਕਿਤਾਬਾਂ। ਇਸ ਤਰ੍ਹਾਂ ਕਿਤਾਬਾਂ ਦਾ ਕੰਮ ਬਹੁਤ ਵੱਡਾ। ਕਿਤਾਬਾਂ ਦਾ ਇਹ ਹਾਦਸਾ ਕਦੋਂ ਹੋਇਆ ਤੁਹਾਡੇ ਨਾਲ? ਕਿਤਾਬਾਂ ਵਾਲਾ ਜੀ ਇਹ 1975 'ਚ ਹੋਇਆ। ਸਾਡੀ ਸਰੈਸ ਕਿਸੇ ਦੇ ਕਿਰਾਏ 'ਤੇ ਚੱਲਦੀ ਸੀ ਬਾਹਰ, ਮੈਂ ਤਾਂ ਗੇੜਾ ਮਾਰਨ ਗਿਆ ਹੀ ਫਸ ਗਿਆ ਉੱਥੇ। ਛੋਟਾ ਜਿਹਾ ਮੁੰਡਾ ਉਦੋਂ ਗੁਲਾਈ ਜਾਂਦਾ ਸੀ, ਪਤਾ ਨਹੀਂ ਕਿਹਨੇ ਲਾ ਤਾ ਉਹਨੂੰ ਬਚਾਉਂਦਾ ਬਚਾਉਂਦਾ। ਮੈਂ ਉਹ ਰੋਣ ਲੱਗ ਗਿਆ ਜਦੋਂ ਮੈਂ ਉਹਨੂੰ ਹਟਾਇਆ, ਤੂੰ ਕਿਉਂ ਰੋ ਗੁਲਾਉਣਾ, ਸਰੈਸਰ ਵੱਡੀ ਸੀ। ਮੈਂ ਕਿਹਾ ਤੂੰ ਤਾਂ ਇਹਦੇ ਵਿੱਚ ਦੀ ਸਾਫ ਤਾਂ ਲੰਘ ਜਾਏਗਾ। ਉਹ ਰੋਣ ਲੱਗ ਗਿਆ, ਕਹਿੰਦਾ ਫਿਰ ਸਾਡੇ ਤਾਂ ਕੋਈ ਡੰਗਰ ਬੱਚਾ ਹੈ ਨਹੀਂ, ਗਰੀਬ ਪਰਿਵਾਰ ਸੀ, ਕਹਿੰਦਾ ਅਸੀਂ ਕੱਢਾਂਗੇ ਕਿਵੇਂ। ਮੈਂ ਕਿਹਾ ਤੂੰ ਰੋ ਨਾ, ਮੈਂ ਲਾ ਦਿੰਦਾ। ਮੇਰਾ ਆਪਦਾ ਤਜਰਬਾ ਕੋਈ ਨਹੀਂ ਸੀ, ਮੇਰੀ ਬਾਂਹ ਚੜ ਗਈ। ਚਲੋ ਇਹ ਤਾਂ ਪਤਾ ਨਹੀਂ ਸ਼ਕਤੀ ਉਦੋਂ ਕਿੱਥੋਂ ਆਉਂਦੀ ਸੀ। ਮੈਂ 20-20 ਬੰਡਲ ਕਿਤਾਬਾਂ ਦੇ ਚੰਡੀਗੜ੍ਹੋਂ ਲੈ ਕੇ ਆ, ਬੱਸ 'ਤੇ ਰੱਖ ਲੈਣੇ, ਵਿੱਚ ਰੱਖ ਲੈਣੇ। ਉਹ ਚੰਡੀਗੜ੍ਹੋਂ 6:15 ਵਜੇ ਸਵੇਰੇ ਬੱਸ ਆਉਂਦੀ ਸੀ, ਜਿਹੜੀ ਗੰਗਾਨਗਰ ਤੱਕ ਜਾਂਦੀ ਹੈ ਸਿੱਧੀ ਮਹਿਲ ਕਲਾਂ ਵੇਚਦੀ। ਉਹ ਜਦੋਂ ਲਾਉਣ ਲੱਗਦੇ ਉਦੋਂ ਕੰਡਕਟਰ ਲੜਦਾ, ਇਹ ਤੂੰ ਕਿਹੜੇ ਵੇਲੇ ਰੱਖ ਲਈਆਂ। ਮੈਂ ਜੇ ਮੈਂ ਤੈਨੂੰ ਦੱਸ ਦਿੰਦਾ ਤੂੰ ਰੱਖਣੀ ਨਹੀਂ ਸੀ ਦੇਣੀਆਂ। ਜਦੋਂ ਮੈਨੂੰ ਲੋਟ ਲੱਗਿਆ ਮੈਂ ਰੱਖ ਲਈਆਂ, ਮੈਂ ਹੁਣ ਆ ਕੇ ਲਾ ਲਈਆਂ। ਪਹਿਲੀ ਤਾਂ ਗੱਲ ਇਹ ਵੀ ਕਿਤਾਬ ਉਦੋਂ ਕਿਤਾਬਾਂ ਦੀਆਂ ਕੀਮਤਾਂ ਬਹੁਤ ਵਾਜਬ ਸੀ, ਵੱਡੀਆਂ ਵੱਡੀਆਂ ਕਿਤਾਬਾਂ ਜਿਹੜੀਆਂ ਹੁਣ ਜਿਵੇਂ ਦਾਨ ਬਹਿੰਦਾ ਲਿਖਿਆ 4 ਸੈਂਚੀਆਂ 'ਚ ਨਾਵਲ ਹੈ, ਉਹ ਹੁਣ 1400 ਰੁਪਈਏ ਦਾ, ਉਹ ਮੈਂ 11 ਰੁਪਈਆਂ ਦਾ ਵੇਚਿਆ ਸਾਰੇ, ਸਿਰਫ 11 ਰੁਪਈਆਂ ਦਾ, ਜਿਹੜਾ ਅੱਜ 1400 ਦਾ। ਇਸ ਤਰ੍ਹਾਂ ਕਈ ਕਿਤਾਬਾਂ ਜਿਹੜੀਆਂ ਹੁਣ 500-500 ਦੀਆਂ ਨੇ, ਉਹ ਮੈਂ 1-1 ਰੁਪਈਏ ਦੀਆਂ ਵੇਚੀਆਂ, 1-1 ਰੁਪਈਏ। 2 ਰੁਪਈਆਂ ਦੀ ਬਸ ਆਮ ਕਿਤਾਬ ਵੱਡੀ ਤੋਂ ਵੱਡੀ ਹੁੰਦੀ ਸੀ ਵਧੀਆ, 1970 ਦੇ 8 'ਚ। ਇੱਕ ਉਸ ਦੌਰ ਵਿੱਚ ਰਸ਼ੀਆ ਦੀ ਅੰਬੈਸੀ ਨੇ ਬਹੁਤ ਲਿਟਰੇਚਰ ਛਾਪਿਆ, ਜਿਹਦੀ ਕੀਮਤ ਨਾ ਮਾਤਰ ਹੁੰਦੀ ਸੀ। ਨਵਯੁੱਗ ਪਬਲਿਸ਼ਰ ਦਿੱਲੀ ਅਤੇ RC ਪਬਲਿਸ਼ ਦਿੱਲੀ, ਉਹਨਾਂ ਨੇ ਬਹੁਤ ਸਸਤਾ ਇਨਕਲਾਬੀ ਲਿਟਰੇਚਰ। ਉਹ 2 ਵਾਲੀ ਤਾਂ
दिल्ली तो देखने वास्ते आए बंदे स्पैशल भी पिंड च बैठा बंदा इन्ना मार्क सी साहित किमें बेची जाने चार चार पाँच पाँच बेल्टियाँ एक महीने चाहिए रही उदो बरनाले रेलवे से मंगाते होंगे बरनाले आ जाती बेल्टी इतने डाकखाने आ जाती जां बैंक च आ जाती उतों लैके बरनाले चाके लिया पिंड मेले आम खरीदते और मेले जो प्रोग्रेसिव देखते मेले ज साहित्य कट्ठ ला लो साहित्य सभावान के कट्ठ साल दो साल बाद बड़ा साहित्य कट्ठ हों जो उत्थे ये थावान से असी किताबा लैके जाते सी वो किताब बहुत बड़ी पद्धर से किताब बिकती उदों हूँ तो 500 की एक किताब है जे एक डब्बा लगभग 30 किलो का साडा घट के आता तो असं अंदाजा लाने भी एक डब्बा लगभग 1000 की सेल होगी हूँ तो हूँ तो दो किताबा आनी है 1000 दियाँ है कई बार एक ही आँदी है इस तरह उस दौर वाजब कीमत करके और बढ़िया लिटरेचर करके एक गल साडी होर विशेष भी असी माड़ा साहित दुकान से नहीं आने दिता एक सिंगल किताब भी जी किसी नूं गलत सेध देवे गलत सिक्ख्या देवे वो असी दुकान से नहीं लैंदी फिर नरोल बढ़िया साहित और सारू साहित इनकलाबी साहित ही असी रखा और अज तक साड़ी इस परंपरा से असी कायम धर्म नाल तां इह कम्युनिस्ट लहर का कोई विरोध ही नहीं जेड़े लोग समझ नहीं रखते सिर्फ वो विरोध करते कम्युनिस्ट तो खुलदली नाल कहिंदे आ जिहड़े धर्म नूं मर्जी मनो सगों आपो आपदे धर्म च पक्के होवो तुसीं जिहड़े धर्म नूं तुसीं मानदे हो उहदे विच पक्के रहो धर्म भी जुल्म दे खिलाफ लड़ना सिखाउंदा गुरु गोबिंद सिंह का फलसफा सानू दसदा है गुरु नानक देव जी का फलसफा सानू दसदा है और कार्ल मार्क्स ने भी बाबे नानक नू कोट किया कार्ल मार्क्स ने कहा भी मैं कोई नवी गल नहीं कर रहा मैं इतों पहला भी बहुत फिलासफर हुए ने उन्हें बाबे नानक नू फिलासफर कहा वो कहिंदा इंडिया च एक फिलासफर होया जिन्हें मलक भागो तो भाई लालो का निखेड़ा किया पर कहिंदा 300 साल तो वध समा हो गया किसी मलक भागो की लत नहीं टुटी सगों वधदे जांदे ने फिर उन्हें खोज की भी ये किते ना किते कोई रह गई घाट फिर उन्हें आर्थिक तौर पर जोड़ा उन्हें सरमाया लिखा वो पै गया सरमाया दी सैट तीन जल्दा ये उन्हें सिटा क्या भी जिन्ना चर पैदावार के साधना से भाई लालो का कब्जा नहीं होंगे उन्ना चर किसी मलक भागो की लत नहीं चुड़ती मार्क्स का एनालिसिस है इसलिए धर्म का कम्युनिस्टा नाल कोई विरोध नहीं आपो आपके धर्म से हरेक बंदा विश्वास रखे कई बंद आपकी परसनल सोच हो सकती किसी बंदे ने लिखा भी गल जी बाबे सिख दी मिसाल के तौर पर तुम दसो रहमत अली बीर कहला मुसलमान सी आ 4 किलोमीटर से पेंड है उन्होंने आप सिख किमें कहेंगे पर बढ़िया पंजाबी वधिया हिंदुस्तानी वधिया देश भगत वधिया इनकलाबी बंदा तो सी ना सत्कार उसका करना बनता लाला हरदयाल हिंदू सी हिंदू सिख मुसलमान ये तो कोई कदली बाबियां है ही नहीं सी भी असी सिख हैं जां हिंदू हैं जां मुसलमान हैं जां ईसाई हैं उहदा कहिंदे सी असी हिंदुस्तानी हैं हिंदुस्तान आज़ाद होना चाहिए ये सारे आओ इकट्ठे होके अंग्रेज के खिलाफ एक विशाल मोर्चा बना के इस मुल्क तो कढ़िए जिहड़ा साडे मुल्क नूं लुट्टी जांदा कुट्टी जांदा संत रामदास जी मेरा बहुत प्यारा मित्र सी उदों लिंक सड़कां नहीं सी कोई मिनी बसा नहीं सी संत रामदास जी ने जिथे भी जाना हुंदा महल कलां तो बस फड़दा सी उहदा साइकल लैन एंड किताब घर च ही हुंदा सी इत्थे ही हुंदा सी ये साडा पुराना है 1962 का 58 से सड़क बनी सी 60 अड्डे आ गए घर साडा एक पिंड च भी है
ਹੁਣ ਤਾਂ ਇੱਥੇ ਹੀ ਬਣਾ ਲਿਆ ਦੁਕਾਨ ਦੇ ਮਗਰਲੇ ਪਾਸੇ। ਕਹਿੰਦੇ ਬਹੁਤ ਸਾਈਕਲ ਚਲਾਇਆ, ਬਹੁਤ ਸਾਈਕਲ ਚਲਾਇਆ, ਬਹੁਤ ਬਹੁਤ ਸਾਰੇ ਗੀਤ ਵੀ ਉਹਨੇ ਇੱਥੇ ਲਿਖੇ। ਅੱਛਾ, ਬਹੁਤ ਸਾਰੇ ਗੀਤ ਵੀ ਇੱਥੇ ਮਗਰ ਨਲਕਾ ਹੁੰਦਾ ਸੀ ਹੈਂਡ ਪੰਪ ਪਾਣੀ ਵਾਲਾ, ਗਰਮੀ 'ਚ ਸਕੂਲ ਤੋਂ ਆ ਕੇ ਨਹਾਉਣ ਲੱਗ ਜਾਣਾ, ਨਾਲੇ ਗੁਣਗੁਣਾਈ ਜਾਣਾ, ਨਾਲੇ ਇੱਕ ਬੰਦੇ ਨੂੰ ਮੁੰਡੇ ਨੂੰ ਕਹਿ ਦੇਣਾ ਰੋਟੀ ਲਿਆ ਬਈ ਤੂੰ ਪ੍ਰਸ਼ਾਦਾ ਵੀ ਛਕਾਂਗੇ, ਨਾਲੇ ਨਹਾਵਾਂਗੇ, ਨਹਾਉਂਦਾ ਨਹਾਉਂਦਾ ਹੀ ਗੀਤ ਲਿਖ ਦਿੰਦਾ ਜੀ। ਇਸ ਤਰ੍ਹਾਂ ਦਾ ਉਹ ਬਹੁਤ ਵਧੀਆ ਦਿਮਾਗ ਦਾ ਬੰਦਾ ਸੀ। ਤੁਸੀਂ ਆਪ ਨਹੀਂ ਨਕਸਲਵਾਦੀ ਲਹਿਰ 'ਚ? ਨਹੀਂ, ਮੈਂ ਨਕਸਲਵਾਦੀ ਨਹੀਂ, ਅਸੀਂ ਸਾਡਾ ਪਰਿਵਾਰ ਸੀ ਪੀ ਆਈ ਨਾਲ ਰਿਹਾ ਸ਼ੁਰੂ ਤੋਂ ਹੀ। ਨਕਸਲਵਾਦੀ ਲਹਿਰ 'ਚ ਇੱਥੇ ਸਾਡੇ ਨੇੜੇ ਡੱਡਾ ਹੂਰ ਇੱਕ ਘਟਨਾ ਵਾਪਰ ਗਈ ਸੀ। ਉਹ ਇਨਕਲਾਬੀ ਬੰਦੇ ਪੁਲਿਸ ਦੀਆਂ ਬਲੂਕਾਂ ਫੈਲ ਲੈ ਲੂ ਗਏ ਸੀ, ਪਤਾ ਨਹੀਂ ਕੀ ਚੱਕਰ ਸੀ। ਉਦੋਂ ਸੀ ਪੀ ਆਈ ਤਕੜੀ ਸੀ ਪੰਜਾਬ 'ਚ, ਉਹ ਪਿੰਡ ਦੇ ਲੋਕਾਂ 'ਤੇ ਜਦ ਜਬਰ ਹੋਣ ਲੱਗ ਗਿਆ, ਉਦੋਂ ਆਈ ਜੀ ਇੱਕ ਹੀ ਹੁੰਦਾ ਸੀ ਅਸ਼ਵਨੀ ਕੁਮਾਰ, ਨਾਂ ਵੀ ਮੇਰੇ ਅਜੇ ਤੱਕ ਯਾਦ ਹੈ। ਇਹ ਘਟਨਾ 71-72 ਦੀ ਹੈ। ਉਹਨੇ ਉਹ ਜਦੋਂ ਇਹ ਘਟਨਾ ਵਾਪਰਨ ਤੋਂ ਬਾਅਦ ਡੱਡਾ ਹੂਰ ਆਇਆ ਦੌਰਾ ਕਰਨ, ਉਹ ਪੁਲਿਸ ਦੇ ਗੱਲ ਪੈ ਗਿਆ ਵੀ ਹੁਣ ਤੱਕ ਤੁਸੀਂ ਸਾਰੇ ਪਿੰਡ ਦੇ ਡੰਗਰ ਕਿਉਂ ਨਹੀਂ ਖੋਲ੍ਹੇ, ਸਾਰੇ ਪਿੰਡ ਦੀਆਂ ਫਸਲਾਂ ਕਿਉਂ ਨਹੀਂ ਉਜਾੜੀਆਂ, ਇਹਨਾਂ ਨੂੰ ਸਬਕ ਸਿਖਾਓ ਸਮਾਜ ਕੇ। ਉਸਦੇ ਖਿਲਾਫ ਅਸੀਂ ਡਟ ਕੇ ਇਸ ਜ਼ੁਲਮ ਦੇ ਖਿਲਾਫ ਅਸੀਂ ਮੈਦਾਨ 'ਚ ਆਏ। ਸੀ ਪੀ ਆਈ ਦਾ ਚੰਡੀਗੜ੍ਹੋਂ ਵਫਦ ਆਇਆ, ਮੇਰੇ ਅਜੇ ਤੱਕ ਉਹ ਨਾਂ ਵੀ ਯਾਦ ਨੇ, ਮਾਸਟਰ ਹਰੀ ਸਿੰਘ, ਬਲਬੀਰ ਸਿੰਘ ਬਿੰਦਰਾ ਐਡਵੋਕੇਟ ਹੁੰਦੇ ਸੀ ਹਾਈ ਕੋਰਟ ਦੇ, ਅਤੇ ਇੱਕ ਸ਼ਮਸ਼ੇਰ ਸਿੰਘ ਜੋਸ ਖੱਡ ਤੋਂ MLA ਹੁੰਦੇ ਸੀ। ਇਹਨਾਂ ਤਿੰਨ ਕਾਮਰੇਡਾਂ ਦਾ ਡੈਪੂਟੇਸ਼ਨ ਆਇਆ, ਉਹਨੇ ਸਾਰੇ ਉੱਥੇ ਪਿੰਡ 'ਚ ਔਰ ਆਲੇ ਦੁਆਲੇ ਦੇ ਪਿੰਡਾਂ 'ਚ, ਮੂਮਾ ਤੋਂ ਵੀ ਸੀ, ਇਸ ਲੈ 'ਚ ਸਾਥੀ ਰੈਸਰ ਤੋਂ ਵੀ ਸੀ, ਹੋਰ ਕਾਫੀ ਸਾਰੇ ਜਿੱਥੇ ਜਿੱਥੇ ਵੀ ਉਸ ਦੌਰ 'ਚ ਪੁਲਿਸ ਦਾ ਜਬਰ ਹੋਇਆ ਉੱਥੇ ਉਹ ਵਫਦ ਗਿਆ। ਉਹਨੇ ਜਾ ਕੇ ਉਹ ਸਾਰੀ ਰਿਪੋਰਟ ਤਿਆਰ ਕਰਕੇ ਪਾਰਟੀ ਨੂੰ ਦਿੱਤੀ। ਪਾਰਟੀ ਨੇ ਉਸ ਜਬਰ ਦੇ ਖਿਲਾਫ, ਦਰਸ਼ਨ ਸਿੰਘ ਕੈਨੇਡੀਅਨ ਉਦੋਂ ਸੂਬੇ ਦੇ ਸੈਕਟਰੀ ਸੀ, ਉਹਨਾਂ ਨੇ ਇੱਕ ਇਸ਼ਤਿਹਾਰ ਛਾਪਿਆ, ਪੁਲਸੀ ਜਬਰ ਨੂੰ ਲਗਾਮ ਦਿਓ। ਇੱਕ ਇਸ਼ਤਿਹਾਰ ਇਸ ਜਬਰ ਦੇ ਖਿਲਾਫ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਆਇਆ। ਉਹ ਮੈਂ ਔਰ ਇੱਕ CPI ਦਾ ਹੋਰ ਕਾਮਰੇਡ ਹੁੰਦਾ ਇੱਥੇ ਕਰਤਾਰ ਸਿੰਘ, ਉਹ ਸਾਰੇ ਇਲਾਕੇ 'ਚ ਅਸੀਂ ਉਹ ਪੋਸਟਰ ਲਾਇਆ। ਅਖੀਰ ਅਸੀਂ ਮਹਿਲ ਕਲਾਂ ਜਦ ਉਹ ਪੋਸਟਰ ਆਸਰ 'ਤੇ ਲਾ ਰਹੇ ਸੀ ਤਾਂ ਸਾਨੂੰ ਪੋਸਟਰ ਪਿੰਡ ਤੋਂ ਪੁਲਿਸ ਵਾਲੇ ਨੇ ਕਿਨੇ ਲਾ ਲਿਆ, ਥਾਣੇ ਲੈ ਗਿਆ, ਉਹ ਸਾਨੂੰ ਵੀ ਫੜ ਕੇ ਥਾਣੇ ਲੈ ਗਿਆ। ਉਦੋਂ ਬਹੁਤ ਤਸ਼ੱਦਦ ਹੋਇਆ, ਪਰ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਨਕਸਲਵਾਦੀ ਲਹਿਰ ਦੇ ਹਮਦਰਦ ਨਹੀਂ ਜਾਂ ਸਾਡੀ ਇਹਨਾਂ ਨਾਲ ਕੋਈ ਨੇੜਤਾ ਨਹੀਂ। ਉਹਨਾਂ ਨੇ ਆਪਦਾ ਕੰਮ ਕਰਿਆ, ਅਸੀਂ ਆਪਦਾ ਕੰਮ ਕਰਿਆ। ਇਹ ਜਿਹੜੀ ਧੜੇਬੰਦੀ ਆ ਇਹ ਫਰਜ਼ੀ ਹੁੰਦੀ ਹੈ, ਕਮਿਊਨਿਸਟ ਆਸ਼ਾਵਾਦੀ ਹੁੰਦੇ ਨੇ, ਕੋਈ ਮਜਬੂਰੀਆਂ ਹੋਣਗੀਆਂ, ਇਹ ਬਹੁਤੀ ਦੇਰ ਨਹੀਂ ਰਹਿਣੀਆਂ। ਦੇਸ਼ ਦੇ ਹਾਲਾਤ ਇਹ ਨੇ, ਜਿਹੜੇ ਲੋਕਾਂ ਦਾ ਕਲਿਆਣ ਕਰਨ ਲਈ ਇਹਨਾਂ ਦੀ ਏਕਤਾ ਚਾਹੁੰਦੇ ਨੇ, ਇਹ ਏਕਤਾ ਹੋਊਗੀ ਔਰ ਬੜੀ ਛੇਤੀ ਹੋਊਗੀ, ਸਾਡਾ ਪੱਕਾ ਵਿਸ਼ਵਾਸ। ਕਿਤਾਬਾਂ ਉੱਤੇ ਥੋੜ੍ਹੀ ਜਿਹੀ ਸੱਟ ਮਾਰੀ ਆ, ਆ ਜਿਹੜਾ ਮੋਬਾਈਲਾਂ 'ਚ ਆਉਣ ਲੱਗ ਗਿਆ ਸਾਰਾ ਕੁਛ, ਇੰਟਰਨੈਟ ਕਹਿੰਦੇ ਆ ਇਹਨੂੰ, ਕੀ ਕਹਿੰਦੇ ਆ, ਹਾਂ ਜੋ ਵੀ ਹੈ ਇਹ, ਇਸ ਨਾਲ ਕੁਛ ਤਾਂ ਹੋਇਆ, ਸੈਟਬੈਕ ਲੱਗੀ ਹੈ, ਪਰ ਕਿਤਾਬ ਆਖਰ ਨੂੰ ਕਿਤਾਬ ਹੈ, ਉਹ ਤਾਂ ਸਿਰਹਾਣੇ ਰੱਖ ਲਓ ਜਦ ਮਰਜ਼ੀ, ਜਿਹੜਾ ਕੁਛ ਤੁਸੀਂ ਦੇਖਣਾ ਚਾਹੁੰਦੇ ਹੋ ਦੇਖ ਲਓ, ਆਪਣੇ ਕਿਰਾਂ ਪੜ੍ਹੀ ਕਿਤਾਬ ਦਾ ਯਾਦ ਹੀ ਆ ਜਾਂਦਾ ਵੀ ਫਲਾਣੇ ਪੇਜ 'ਤੇ ਫਲਾਣਾ ਕੁਛ ਹੈ। ਉਹ ਜਦੋਂ ਲੋੜ ਪੈਂਦੀ ਹੈ ਦੇਖਣ ਦੀ ਫਿਰ ਉਹ ਕਿਤਾਬ ਹੀ ਦੱਸ ਸਕਦੀ ਹੈ। ਹਾਂਜੀ, ਇਸ ਲਈ ਦੁਬਾਰਾ ਪਹਿਲਾਂ ਨਾਲੋਂ ਹੁਣ ਠੀਕ ਰੁਝਾਨ ਹੋ ਰਿਹਾ। ਨਹੀਂ, ਮੈਂ ਕਿਤਾਬਾਂ ਵਧਾਉਣ ਵੱਲ ਹੀ ਧਿਆਨ ਦਿੱਤਾ, ਮੈਂ ਕਿਤਾਬਾਂ 'ਚੋਂ ਰੋਟੀ ਕੱਢਣ ਦਾ ਯਤਨ ਹੀ ਨਹੀਂ ਕੀਤਾ, ਕਿਉਂਕਿ ਮੇਰਾ ਸਰਦਾ ਸੀ, ਸਾਡਾ ਪਰਿਵਾਰ ਸਾਂਝਾ ਹੈ, ਰੋਟੀ ਜੋਗਾ ਜੁਗਾੜ ਘਰ ਹੈਗਾ। ਹੋਰ ਮੈਡੀਕਲ ਸਟੋਰ ਹੁਣ ਮੇਰੇ ਭਤੀਜੇ ਨੇ ਚਲਾਇਆ, ਇਦੋਂ ਪਹਿਲਾਂ ਸਾਡੀ ਫਰਨੀਚਰ ਦਾ ਕੰਮ ਸੀ ਨਾਲ ਹੀ ਕਿਤਾਬਾਂ ਦੇ ਕੰਮ ਤੋਂ ਇਲਾਵਾ, ਰੋਟੀ ਵਾਲਾ ਜੁਗਾੜ ਉਧਰੋਂ ਚੱਲੀ ਜਾਂਦਾ,
मैं तो किताबों वाला सौदा किताबों ही पाई जाने। मैं शुरू एक अलमारी तो करया सी, अज मेरा ख्याल है 20 अलमारियां है घट्टो घट्ट, हूँ भी मेरे को 25 तो बोरियां भरिया पईआं। हाँ, अंदर जगह का कम चलता करके एक पौड़ी है पक्की चढ़ी हुई, ये थले वाला सारा जुगाड़ भरया पे बोरियां पा पा के किताब। मैं सारा कुछ किताबों ला किताबों से ही लाया। हिंदुस्तान का साहित्य तो बहुत बढ़िया जी, हिंदुस्तान दे हिंदुस्तान दे तो गल छो, पंजाबी का साहित्य बहुत बढ़िया। पंजाबी के किन्ने चोटी के साहित्यकार ने जिन्होंने गोरकी के बराबर तक का साहित्य लिखा पे, रशिया के मुकाबले का साहित्य अजक आया पे। ये मतलब घर का योगी जोगड़ा आप कह दें, बाहरला योगी सीधो सानू आपद्या कई बार ऐ हो जाता भी यहाँ फलाना ही है, पर रचना ज़्यादा एक मतलब इम्तिहान के तौर पर कंपीटिशन के तौर पर देखते हैं, एनालिसिस करते हैं। पंजाबी साहित्य हिंदुस्तानी साहित्य दुनिया के बढ़िया साहित्य के मुकाबले पर है, और बहुत ही सगों उत पाए। मैं रशियन किताब मैं किताबा बहुत पढ़िया, जे जे किताबा बेचण वाले ने किताबा पढ़िया नहीं वो किताब बारे कुछ दस ही नहीं सकता। मैं बहुत अणगिणत किताबा पढ़िया, रशियन तो मैं कोई छी हुई नहीं होनी, तो हिंदुस्तानी किताबा चो मैं ज्यादा फिलोसफी हुई पढ़ी है, नावल कहानियां घट पढ़िया, साहित्य तो उदे बारे दसना पैंदा पाठक नू भी इहदे चाह इहदे चाह, आ पढ़ो भाई आ पढ़ो भाई। गदरी बाबिआं दे मेले दे किन्ने सालां तों जा रहे तुसीं लगातार? गदरी बाबिआं दे मैं पहले मेले तो जाना लगा। पहला कदों लगे सी? 70-70 च लगे मेरा ख्याल है, हुण 30 दे लगभग 30 हो गए। 30 साल लग हो गए लगभग, लगातार जा रहे, लगातार जा रहे। उदों ही शुरू होया सी? हांजी, जदों भी शुरू होया सी 28 में सी अटकी, मैनू लगदा चेता थोड़ा जिहा ऐसा वैसे ही है। कम्युनिस्ट कैडर है जिहड़ा हुण नवां उह पढ़दा है, रुचि है उहदे च कि उह वी मोबाइलां च ही? असल जिथे थोड़ा जिहा ध्यान है ना, जिवें स्कूलिंग जिहड़ी हुंदी है मार्क्सवाद दी, जिथे स्कूलिंग चलदी है, जिवें हुण साडे मोगा इक सेंटर है, पंजाबी यूनिवर्सिटी पटियाला इक सेंटर है जिते लगातार स्कूलिंग चलती है, कामरेड जी ग्रुप उसके अध्यापक ने मार्क्सवाद के। हूँ वो मोगे जलों नुमाइश लगती है वो मुंडे टुट के ही पै जाते किताबों, जे कई होर अदाले ने जिमें हम बाबा आया सिंह रियाज की कॉल दिया एक तुगल वाला बटाले को, उत्थे असीं कहां किताबों की नुमाइश लाई, असी समार के सजा के किताबा लाइया। चलो कुड़िया उन्होंने क्लासा चो छड़िया भी किताबा देख लो, वो मख्याल दियाँ मक्खियां वगू मेजा से किताबा पै गई, सारिया किताबा हला जे वो इधर उधर, पर जलों असी गिनी एक सिंगल किताब भी चोरी नहीं हुई, और बेशुमार कुड़िया ने किताबा खरीदियाँ। और मैं लगातार उत्थे बहुत सारे साल जाता रहा, हूँ मेरी सेहत नहीं ठीक, ये अदारे होर भी बहुत ने जेडे लगातार पढ़ते कासल एजुकेशन की जी संस्था है, एजुकेशन जिमें हम कॉलेज है स्कूल ने बड़े जोड़ा उत्थे का प्रबंधक साहित्यक रुचियां रख रहा है, उत्थे साहित्य की सेल हैगी है, साहित्यक रुचियां भी है। हूँ एक कॉलेज की मैं मिसाल दी है, अभी बरनाले कॉलेज की भी नुमाइश लाते रहे, मलेरकोटला भी लाते रहे, संगरूर कॉलेज लाते रहे, बहुत बढ़िया सेल होंगी। घरदे कहते किताबा किताबा ना घर घर साढ़े सारा परिवार सियाना परिवार है, कोई हाँ शुरू तो ही हूँ सारा परिवार पढ़िया लिखा परिवार है। मेरा छोटा भरा पत्रकार है, एक भतीजा भी पत्रकार है, हाँ जी वो फार्मेसी भी कर गया, मेडिकल स्टोर भी है सारा, पर एक मुंडा बाहर है ऑस्ट्रेलिया से, वो सारे कमल भी पढ़िया
ਕਮਲ ਵੀ ਚੜਿਆ ਸੀ। ਰਾਤ ਬਾਕੀ ਹੈ ਤੋਂ ਹੀ ਸ਼ੁਰੂ ਕਰਿਆ ਸੀ। ਰਾਤ ਬਾਕੀ ਹੈ ਨੇ ਬਹੁਤ ਸਾਰੇ ਲੋਕਾਂ ਨੂੰ ਕਮਿਊਨਿਸਟ ਲਹਿਰ ਦੇ ਨੇੜੇ ਲਾਇਆ। ਰਾਤ ਬਾਕੀ ਹੈ ਤਾਂ ਲਹੂ ਦੀ ਲੋਅ ਤਾਂ ਕਮਲ ਇੰਨੇ ਉਹ ਨਕਸਲਵਾਦੀ ਲਹਿਰ 'ਤੇ ਇੰਨਿਆਂ 'ਚੋਂ ਉੱਥੇ ਸੂਰਮਾ ਇੱਥੇ ਇੱਕ ਰੰਗ ਕਰਮੀ ਹੁੰਦਾ ਸੀ ਦਲੀਪ ਸਿੰਘ ਮਾਸਟਰ, ਬਹੁਤ ਮਸ਼ਹੂਰ ਰੰਗ ਕਰਮੀ ਉਹਦਾ ਇੰਨਿਆਂ 'ਚੋਂ ਉੱਥੇ ਸੂਰਮੇ ਦਾ ਹੀਰੋ ਹੀ ਉਹ ਹੈ, ਦਲਾਲ ਦੀਵਾਲ ਪਿੰਡ ਦਾ, ਬਾਬਾ ਦੁੱਲਾ ਸਿੰਘ ਦੇ ਪਿੰਡ ਦਾ ਦਲੀਪ ਸਿੰਘ ਮਾਸਟਰ, ਡਰਾਮੇ ਵਾਲਾ ਕਹਿੰਦੇ ਹੁੰਦੇ ਉਹਨੂੰ। ਉਹ ਕਮਲ ਸਾਹਿਬ ਦੇ ਨਾਵਲ ਇੰਨਿਆਂ 'ਚੋਂ ਉੱਥੇ ਸੂਰਮੇ ਦਾ ਹੀਰੋ ਉਹ ਹੈ। ਇਸ ਤਰ੍ਹਾਂ ਉਹ ਅਣਖੀ ਸਾਹਿਬ ਦੇ ਨਾਵਲ ਨੇ ਉਹ ਜਿਹੜੇ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੁਆਲੇ ਹੀ ਘੁੰਮਦੇ ਆ, ਉਹ ਜਦੋਂ ਪੜ੍ਹਦੇ ਹੈ ਉਹ ਆਪਦੇ ਪਿੰਡਾਂ ਦੀਆਂ ਹੀ ਪੁਰਾਣੀਆਂ ਯਾਦਾਂ ਤਾਜ਼ਾ ਕਰਾ ਦਿੰਦੀਆਂ। ਫਿਰ ਹੋਰ ਜੀ ਕਰਦਾ ਵੀ ਇਹੋ ਜਿਹੇ ਲੇਖਕਾਂ ਨੂੰ ਹੋਰ ਪੜ੍ਹੀਏ ਹੋਰ ਪੜ੍ਹੀਏ। ਬਹੁਤ ਵਾਰੀ ਅਣਖੀ ਸਾਹਿਬ ਇੱਥੇ ਵੀ ਆਉਂਦੇ ਰਹੇ ਆ, ਕਮਲ ਸਾਹਿਬ ਵੀ ਆਉਂਦੇ ਰਹੇ ਆ। ਹਾਂ, ਪ੍ਰੀਤਮ ਸਿੰਘ ਰਾਹੀ ਇੱਕ ਲੇਖਕ ਬਰਨਾਲੇ ਦੇ ਸੀ, ਬੈਲ ਵੀ ਸੀ ਉਹ ਵੀ ਆਉਂਦੇ ਰਹੇ ਆ। ਜਗੀਰ ਸਿੰਘ ਜਗਤਾਰ ਇੱਕ ਪੁਰਾਣੇ ਪੱਤਰਕਾਰ ਨੇ ਬਜ਼ੁਰਗ ਬਰਨਾਲੇ ਦੇ, ਇਹ ਇਹਨਾਂ ਦਾ ਸਾਰਾ ਇੱਕ ਗਰੁੱਪ ਸੀ ਇਹ ਸਾਰੇ। ਤੇਜਵੰਤ ਮਾਨ ਉਹ ਵੀ ਸਾਡੇ ਆਉਂਦੇ ਰਹੇ ਆ, ਸਾਡੇ ਪੁਰਾਣੇ ਮਿੱਤਰ ਨੇ ਵਧੀਆ। ਬੀਬੀਆਂ ਦਾ ਜਿੰਨਾ ਕੁ ਹੈਗਾ ਵਧੀਆ, ਜਿਵੇਂ ਹੁਣ ਇਹ ਆਇਆ ਸਿੰਘ ਰਿਆਲਟੀ ਕਾਲਜ ਦੀ ਮੈਂ ਗੱਲ ਕੀਤੀ ਹੈ, ਅਸਲ ਜਿੱਥੇ ਸਾਹਿਤਕ ਚੇਤਕ ਹੈ ਉੱਥੇ ਹੈ, ਬਹੁਤ ਵਧੀਆ ਰੁਝਾਨ ਹੈ ਪੜ੍ਹਨ ਦਾ। ਹੁਣ ਉਹ ਅੰਮ੍ਰਿਤਸਰ ਨੇੜੇ ਸੀ, ਉੱਥੋਂ ਕਈ ਵਾਰੀ ਤਾਂ ਰੋਜ਼ ਕਿਤਾਬਾਂ ਮੈਂ ਅੰਮ੍ਰਿਤਸਰੋਂ ਲਿਆਉਂਦਾ ਰਿਹਾ। ਇਸ ਕਿਸਮ ਦੇ ਹਾਲਾਤ ਵੀ ਇੰਨੀਆਂ ਵਿਕਦੀਆਂ ਨੇ। ਹਾਂ, ਕੇਂਦਰੀ ਚਾਰ ਤੋਂ ਪਹਿਲਾਂ ਵੀ ਇੱਕ ਕੇਸ ਹੋਇਆ ਸੀ, ਆਹ ਪਹਿਲਾਂ ਹੀ ਪੈਂਦਾ ਕਿਰਪਾਲ ਸਿੰਘ ਵਾਲਾ, ਉੱਥੇ ਦਾ ਇੱਕ ਮਜ਼ਦੂਰ ਪਿਆਰਾ ਸਿੰਘ ਮਹਿਲ ਕਲਾਂ ਥਾਣੇ 'ਚ ਲਿਆ ਕੇ ਉਹ ਥਾਣੇਦਾਰ ਨੇ ਕੁੱਟ ਕੁੱਟ ਕੇ ਮਾਰਤਾ ਸੀ, ਉਹਦੇ ਵਾਲਾ ਕੇਸ ਚੱਕਿਆ ਸੀ, ਲੜਿਆ ਉਹ। 7 ਮੈਂਬਰੀ ਕਮੇਟੀ ਬਣੀ ਸੀ, ਉਹਦਾ ਮੈਂ ਸੈਕਟਰੀ ਸੀ। ਉਹ ਉਸ ਤੋਂ 2 ਸਾਲ ਬਾਅਦ ਉਸੇ ਤਰੀਕ ਨੂੰ ਠੀਕ ਪੂਰੇ 2 ਸਾਲ ਬਾਅਦ ਕਿੰਜੀਟ ਵਾਲਾ ਕਾਂਡ ਵਾਪਰ ਗਿਆ। ਕਿੰਜੀਟ ਵਾਲੇ ਕਾਂਡ ਦੀ ਵੀ ਮਾਸਟਰਾਂ 'ਤੇ ਆਧਾਰਿਤ 7 ਮੈਂਬਰੀ ਕਮੇਟੀ ਬਣੀ। ਉਹ ਜਦੋਂ ਕਮੇਟੀ ਬਣ ਗਈ ਉਹ ਕਹਿੰਦੇ ਸਾਡਾ ਤਾਂ ਕੋਈ ਇਸ ਮਾਮਲੇ 'ਚ ਤਜਰਬਾ ਨਹੀਂ ਹੈ, ਵੀ ਪੁਰਾਣੀ 7 ਮੈਂਬਰੀ ਕਮੇਟੀ ਹੈ ਜਿਹੜੀ ਪਿਆਰਾ ਸਿੰਘ ਵਾਲੀ, ਉਹ ਵੀ ਉਹਦੇ ਵਿੱਚ ਮਰਜ ਕਰ ਲਈ ਅਤੇ ਉਹ 14 ਮੈਂਬਰੀ ਕਮੇਟੀ ਕਿੰਜੀਟ ਵਾਲੀ ਬਣੀ। ਉਹ ਸਾਰਾ ਕੇਸ ਇਨਕੁਆਇਰੀ ਤਾਂ ਉਹ ਪੁਲਿਸ ਦੀ ਸੀ, ਪੁਲਿਸ ਨੇ ਉਹ ਆਪਦੇ ਇਨਕੁਆਇਰੀ 'ਚੋਂ ਲੱਭ ਲਿਆ ਕੇਸ। ਚੱਲ ਫਿਰ ਉਦੋਂ ਬਾਅਦ ਜੋ ਕੁਛ ਚੱਲਣਾ ਸੀ, ਕਿੱਡੇ ਰਾਹ ਪਾਉਣਾ ਸੀ ਇਸ ਲਾਈਨ ਨੂੰ, ਸਾਰੀ ਕਾਰਵਾਈ ਨੂੰ, ਉਹ ਫਿਰ ਐਕਸ਼ਨ ਕਮੇਟੀ ਦੀ ਅਗਵਾਈ 'ਤੇ ਸਾਰਾ ਘੋਲ ਲੜਿਆ ਗਿਆ। ਵੱਡੇ ਵੱਡੇ ਇਕੱਠ ਹੋਏ, ਐਡੇ ਇਕੱਠ ਨਰੋਲ ਜਬਰ ਜ਼ੁਲਮ ਦੇ ਖਿਲਾਫ, ਐਡੇ ਇਕੱਠ ਹੁਣ ਮਨ ਰਖਾਉਂਦੇ ਆ। ਕਿੰਜੀ ਦੀ ਬਰਸੀ ਵਾਲੇ ਦਿਨ ਨਾ, ਭੋਗ ਵਾਲੇ ਦਿਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸੀ, 20 ਅਗਸਤ ਨੂੰ ਉਹ ਭੋਗ ਸੀ। ਤੁਸੀਂ ਹੈਰਾਨ ਮੰਨੋਗੇ ਵੀ ਜਿਹੜੇ ਟਰੱਕ ਲੌਂਗੋਵਾਲ ਜਾਣ ਵਾਸਤੇ ਯੂਨੀਅਨਾਂ ਨੇ ਭੇਜੇ, ਉਹ ਲੌਂਗੋਵਾਲ ਜਾਣ ਦੀ ਬਜਾਏ ਮਹਿਲ ਕਲਾਂ ਆਏ। ਇੱਥੋਂ ਤੱਕ ਵੀ ਬਡਬਰ ਦੇ 7 ਟਰੱਕ ਮਹਿਲ ਕਲਾਂ ਪਹੁੰਚੇ, ਹੈ ਜੀ। ਉਹ ਐਡੇ ਵੱਡੇ ਵੱਡੇ ਇਕੱਠ ਇੱਥੇ, ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਆਉਣਾ, ਬਹੁਤ ਸਾਰੇ ਲੀਡਰ ਤਾਂ ਲਗਾਤਾਰ ਆਏ, ਸਾਰੇ ਇਕੱਠ ਆਏ। ਔਰ ਭੋਗ 'ਤੇ ਤਾਂ ਅੰਮ੍ਰਿਤਸਰ ਤੋਂ ਕਮਰੇਡ ਬਿਮਲਾ ਡਾਂਗ ਜੀ ਸਪੈਸ਼ਲ ਆਏ, ਇੱਕ BJP ਦੇ ਆਗੂ ਸੀ, ਉਹ ਵੀ ਲੇਡੀ ਸੀ, MLA ਵੀ ਸੀ, ਉਹ ਵੀ ਆਏ, ਮੈਂ ਨਾਂ ਭੁੱਲ ਗਿਆ। ਇਸ ਤਰ੍ਹਾਂ ਸਾਰੇ ਪੰਜਾਬ 'ਚੋਂ ਸਾਰੇ ਲਗਭਗ ਇਨਸਾਫ ਪਸੰਦ ਸਾਰੀਆਂ ਪਾਰਟੀਆਂ ਜਥੇਬੰਦੀਆਂ ਦੇ ਆਗੂ ਇਸ ਸ਼ਮੂਲੀਅਤ ਕਰਦੇ ਰਹੇ।